ਬੈਠ ਕੇ ਅੱਗੇ ਕਰੋ ਬੱਚੇ ਕਰੋ ਤਿੰਨ ਬੱਚੇ ਸੀਗੇ ਟ੍ਰਿਪਲਿੰਗ ਕਰਕੇ ਇਹਨਾਂ ਨੇ ਗਲਤੀ ਕੀਤੀ ਹੈ ਫਿਰ ਇਹਨਾਂ ਨੇ ਜਿਹੜਾ ਵਿਚਕਾਰ ਬੱਚਾ ਬੈਠਾ ਸੀਗਾ ਉਹ ਚੱਲਦੇ ਮੋਟਰਸਾਈਕਲ ਦੇ ਉੱਪਰ ਖੜਾ ਹੋ ਕੇ ਬੱਚਿਓ ਤੁਹਾਨੂੰ ਕੋਈ ਲੱਗਦਾ ਕਿ ਤੁਸੀਂ ਗਲਤੀ ਕੀਤੀ ਕੋਈ ਬੋਲੋ ਹਾਂਜੀ ਬਾਕੀਆਂ ਨੂੰ ਕੀ ਕਹੋਗੇ ਪੁਲਿਸ ਫੜ ਲੈਂਦੀ ਹੈ ਅੱਗੇ ਤੋਂ ਤੁਸੀਂ ਕਰੋਗੇ ਗਲਤੀ ਏਦਾਂ ਦੀ ਪੱਕਾ ਬੱਚਿਓ ਤੁਹਾਨੂੰ ਬਹੁਤ ਵਾਰੀ ਸਮਝਾਇਆ ਨਹੀਂ ਇਸ ਤਰ੍ਹਾਂ ਨਾ ਕਰੋ ਤੁਸੀਂ ਚੱਲਦੇ ਮੋਟਰਸਾਈਕਲ ਦੇ ਉੱਪਰ ਸੈਲਫੀ ਲੈ ਰਹੇ ਹੋ ਵੀਡੀਓ ਬਣਾ ਰਹੇ ਹੋ ਤੁਹਾਡਾ ਮਾੜਾ ਜਿਹਾ ਵੀ ਧਿਆਨ ਉੱਕ ਜਾਵੇ ਤਾਂ ਤੁਹਾਡਾ ਫਿਰ ਰਹਿਣਾ ਕੀ ਹੈ ਬੋਲੋ ਠੀਕ ਹੈ ਇਹ ਤੁਹਾਡਾ ਗਿਫਟ ਹੈ ਗਿਫਟ ਤੁਹਾਡਾ ਜਿਹੜਾ ਤਿਆਰ ਕਰ ਲਿਆ ਇਹ ਹੁਣ ਤੁਹਾਨੂੰ ਗਿਫਟ ਦੇ ਰਹੇ ਹਾਂ ਅਤੇ ਹੁਣ ਜਦੋਂ ਅਗਲਾ ਮੇਲਾ ਆਉਣਾ ਮਾਤਾ ਜੀ ਦਾ ਇਹਨੂੰ ਲੈਮੀਨੇਸ਼ਨ ਕਰਾ ਕੇ ਅਤੇ ਤੁਸੀਂ ਤਿੰਨਾਂ ਨੇ ਦੀ ਇੱਕ ਇੱਕ ਕਾਪੀ ਆਪਣੇ ਘਰ ਬਣਾ ਕੇ ਰੱਖ ਲੈਣੀ ਹੈ ਜਦੋਂ ਅਗਲੀ ਵਾਰੀ ਮੇਲੇ 'ਤੇ ਜਾਣਾ ਇਹਨੂੰ ਦੇਖ ਕੇ ਜਾਣਾ ਠੀਕ ਹੈ ਅਤੇ ਫਿਰ ਤੁਸੀਂ ਅੱਗੇ ਤੋਂ ਜਿਹੜੀ ਗਲਤੀ ਹੈ ਇਹ ਗਲਤੀ ਨਹੀਂ ਕਰੋਗੇ ਅਤੇ ਮੈਂ ਬਾਕੀ ਵੀ ਸੰਗਤ ਨੂੰ ਬੜੇ ਪਿਆਰ ਅਤੇ ਅਦਬ ਨਾਲ ਅਦਬ ਸਤਿਕਾਰ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਮੇਲੇ ਦੇ ਵਿੱਚ ਹੁੱਲੜਬਾਜ਼ੀ ਨਾ ਕਰੋ ਸੰਗਤ ਬਹੁਤ ਜ਼ਿਆਦਾ ਮਾਨਯੋਗ ਸ਼੍ਰੀ ਸੁਰਿੰਦਰ ਲਾਂਬਾ ਜੀ IPS SSP ਹੁਸ਼ਿਆਰਪੁਰ ਜੀ ਨੇ ਅਤੇ DC ਸਾਹਿਬ ਸ਼੍ਰੀਮਤੀ ਕੋਮਲ ਮਿੱਤਲ ਜੀ ਨੇ ਬਹੁਤ ਸਕੰਜਾ ਕੱਸਿਆ ਹੁੱਲੜਬਾਜ਼ਾਂ ਦੇ ਉੱਪਰ ਪਲੀਜ਼ ਇੱਦਾਂ ਦੀ ਹੁੱਲੜਬਾਜ਼ੀ ਕਰਕੇ ਆਪਣੀ ਜਾਨ ਜਾਂ ਕਿਸੇ ਹੋਰ ਦੀ ਜਾਨ ਜਿਹੜੀ ਖਤਰੇ ਵਿੱਚ ਨਾ ਪਾਓ ਅਤੇ ਜਿਹੜੀ ਬਾਕੀ ਰਹੀ ਲੰਗਰ ਦੀ ਗੱਲ ਜਿਹੜਾ ਲੰਗਰ ਹੈ ਇਹ ਸ਼ਰਧਾ ਨਾਲ ਲਗਾਇਆ ਜਾਂਦਾ ਅਤੇ ਮਰਦ ਜਿਹੜੀ ਹੈਗੀ ਮਰਿਆਦਾ ਉਹਦੇ ਨਾਲ ਛਕਿਆ ਜਾਂਦਾ ਦੇਖੋ ਇੰਨੀ ਸ਼ਰਧਾ ਨਾਲ ਲੰਗਰ ਇੰਨੇ ਇੰਨੇ ਵਧੀਆ ਪਕਵਾਨ ਜਿਹੜੇ ਆ ਸੰਗਤ ਵਾਸਤੇ ਸ਼ਰਧਾਵਾਨ ਲੋਕਾਂ ਨੇ ਲਾਏ ਆ ਅਤੇ ਜਿਹੜਾ ਇਹਨੂੰ ਜਦੋਂ ਮਰਿਆਦਾ 'ਚ ਖਾਣਾ ਉਹ ਖਾਣ ਦੀ ਕੀ ਮਰਿਆਦਾ ਜਿੰਨੀ ਕੁ ਮੈਨੂੰ ਪਤਾ ਤੁਸ਼ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਜਿੰਨਾ ਚਿਰ ਤੁਸੀਂ ਲਾਈਨ ਦੇ ਵਿੱਚ ਲੱਗੇ ਹੋ ਤੁਸੀਂ ਬੋਲਣਾ ਨਹੀਂ ਸ਼ੋਰ ਨਹੀਂ ਕਰਨਾ ਲਾਈਨ ਜਿਹੜੀ ਹੈ ਉਹ ਸੜਕ ਦੇ ਥੱਲੇ ਲਾਉਣੀ ਹੈ ਲੰਗਰ ਲੈਣ ਵਾਸਤੇ ਜਦ ਤੱਕ ਤੁਹਾਡੀ ਵਾਰੀ ਨਹੀਂ ਆਉਂਦੀ ਤੁਸੀਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਆਪਣੇ ਮਨ ਦੇ ਵਿੱਚ ਬੋਲਦੇ ਬੋਲਦੇ ਉੱਥੋਂ ਪਲੇਟ ਲਓ ਥਾਲੀ ਲਓ ਲੰਗਰ ਪਵਾਓ ਖਾਓ ਆਰਾਮ ਨਾਲ ਖਾ ਕੇ ਲੰਗਰ ਅਤੇ ਜਿਹੜੇ ਖਾਲੀ ਬਰਤਨ ਜਿਹੜੇ ਆ ਜੋ ਡਸਟਬਿਨ ਉੱਥੇ ਸੇਵਾਦਾਰਾਂ ਨੇ ਲਾਏ ਆ ਉਹਦੇ ਵਿੱਚ ਸੁੱਟ ਕੇ ਫਿਰ ਜਾਓ ਅਤੇ ਜੈ ਮਾਤਾ ਦੀ ਕਰਦੇ ਆਪਣੀ ਜਿਹੜੀ ਯਾਤਰਾ ਇਹ ਪੂਰੀ ਕਰੋ ਅਸੀਂ ਵੀ ਮਾਂ ਮਾਈ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਾਂ ਮਾਈ ਤੁਹਾਡੀ ਮਨੋਕਾਮਨਾ ਪੂਰੀਆਂ ਕਰੇ ਅਤੇ ਤੁਹਾਡੀ ਜਿਹੜੀ ਯਾਤਰਾ ਤੁਹਾਡੀ ਹੈ ਇਹ ਸਫਲ ਹੋਵੇ ਅੱਜ ਬਾਰਿਸ਼ ਦਾ ਮੌਸਮ ਹੈ ਪਲੀਜ਼ ਕੋਈ ਵਹੀਕਲ ਤੇਜ਼ ਨਾ ਚਲਾਵੇ ਆਰਾਮ ਦੇ ਨਾਲ ਚਲਾਓ ਅਤੇ ਵਹੀਕਲ ਜੇ ਕਿਤੇ ਖੜ੍ਹਾ ਵੀ ਕਰਨਾ ਪੈਂਦਾ ਤੁਹਾਨੂੰ ਲੰਗਰ ਖਾਣ ਵਾਸਤੇ ਇੱਕ ਸਾਈਡ ਦੇ ਉੱਪਰ ਖੜ੍ਹਾ ਕਰਕੇ ਵਹੀਕਲ ਅਤੇ ਫਿਰ ਜਿਹੜਾ ਲੰਗਰ ਛਕੋ ਪਰਮਾਤਮਾ ਤੁਹਾਡੀ ਯਾਤਰਾ ਜਿਹੜੀ ਹੈ ਸਫਲ ਕਰੇ ਜੈ ਮਾਤਾ ਦੀ ਠੀਕ ਹੈ ਇਹ ਤੁਹਾਡਾ ਗਿਫਟ ਹੈ ਤਿੰਨਾਂ ਦਾ ਫੜ ਲੈਣੀ ਅੱਗੇ ਤੋਂ ਗਲਤੀ ਨਹੀਂ ਕਰਨੀ ਓਕੇ ਤੁਸੀਂ ਸੰਗਤ ਦੇ ਰੂਪ 'ਚ ਆਏ ਹੋ ਇਸ ਕਰਕੇ ਬੱਚੇ ਹੋ ਅਸੀਂ ਤੁਹਾਨੂੰ ਕੋਈ ਜ਼ਿਆਦਾ ਕਹਿਣਾ ਨਹੀਂ ਚਾਹੁੰਦੇ ਅੱਗੇ ਤੋਂ ਨਹੀਂ ਕਰਨਾ ਓਕੇ ਵਜਾਓ ਮੋਟਰਸਾਈਕਲ ਜਿਹੜਾ ਤੁਹਾਡਾ ਇਹ ਬੰਦ ਕਰ ਦਿੱਤਾ ਇਹਦੀ RC ਵਗੈਰਾ ਲਿਆ ਕੇ ਦਿਖਾਓਗੇ ਅਤੇ ਫਿਰ ਤੁਹਾਨੂੰ ਮੋਟਰਸਾਈਕਲ ਮਿਲੇਗਾ ਜਾ ਸਕਦੇ ਹੋ